ਪੰਜਾਬੀ ਕਾ ਵੱਲੋਂ ਸਾਰੇ ਆਪਣੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਇਆ ਮੈਂ ਇਹ ਗੱਲ ਦੱਸਦਾ ਅੱਜ ਮਾਣਯੋਗ ਮਹਿਸੂਸ ਕਰਨਾ ਕਿ ਮੈਂ ਸਾਹੀਵਾਲ ਆਇਆ ਸਾਂ ਅਤੇ ਮੇਰੀ ਖੁਸ਼ਕਿਸਮਤੀ ਕਿ ਇੱਥੇ ਮੈਨੂੰ ਦੋ ਬਹੁਤ ਹੀ ਸੋਹਣੇ ਸੁਚੱਜੇ ਮਾਂ ਬੋਲੀ ਦੇ ਸੇਵਕ ਅਤੇ ਸ਼ਾਇਰ ਲੱਭ ਗਏ ਅਤੇ ਮੈਂ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਮਿਲਾਵਾਂ ਅਤੇ ਪਹਿਲੀ ਸ਼ਖਸੀਅਤ ਜਿਹੜੀ ਮੇਰੇ ਨਾਲ ਮੌਜੂਦ ਹੈ ਰਾਜਾ ਮੁਹੰਮਦ ਜਹਾਂਗੀਰ ਕਮਰ ਸਾਹਿਬ ਪੰਜਾਬੀ ਸ਼ਾਇਰ ਨੇ ਸਿਆਸਤਦਾਨ ਨੇ ਜ਼ਿਮੀਂਦਾਰ ਨੇ ਬੜੇ ਸਾਰੇ ਇਹਨਾਂ ਦੇ ਹਯਾਤੀ ਦੇ ਪੱਖ ਨੇ ਲੇਕਿਨ ਅੱਜ ਸਾਡੇ ਨਾਲ ਇਹ ਬਤੌਰ ਸ਼ਾਇਰ ਬੈਠੇ ਨੇ ਅਤੇ ਵੈਸੇ ਕਿਉਂਕਿ ਅਸੀਂ ਜਿੱਥੇ ਬੈਠੇ ਹਾਂ ਇਸੇ ਇਲਾਕੇ 'ਚ ਚੀਚਾ ਵਤਨੀ ਤਹਿਸੀਲ ਦੇ PTI ਦੇ ਸਦਰ ਵੀ ਨੇ ਇੱਕ ਸਿਆਸੀ ਪਾਰਟੀ ਦਾ ਇਹਨਾਂ ਦਾ ਤਾਲੁਕ ਹੈ ਔਰ ਇਹਨਾਂ ਦੀ ਜਿਹੜੀ ਸ਼ਾਇਰੀ ਦੀ ਕਿਤਾਬ ਹੈ ਉਹਦਾ ਬੜਾ ਚਰਚਾ ਸੀ ਜਦੋਂ ਛਪੀ ਉਸ ਤੋਂ ਹੁਣ ਤੱਕ ਅਤੇ ਉਹ ਸੀ ਉਹਦਾ ਨਾਂ ਜਿਹੜਾ ਹੈ ਉਹ ਪਹਿਲਾਂ ਡਿਸਕਸ ਕਰਦੇ ਹਾਂ ਕਿ ਅੱਜ ਆਖਾਂ ਅੰਮਾ ਹਵਾ ਨੂੰ ਇਹ ਥੋੜ੍ਹਾ ਨਾਮ ਹੀ ਯੂਨੀਕ ਸੀ ਕਿ ਜਿਹੜਾ ਮਾਏ ਨੇ ਮੈਂ ਕਿਹਨੂੰ ਆਖਾਂ ਜਾਂ ਮਾਂ ਦੀ ਗੱਲ ਤਾਂ ਸਾਰੇ ਕਰਦੇ ਨੇ ਲੇਕਿਨ ਵੱਡੀ ਅੰਮਾ ਦੀ ਗੱਲ ਜਿਹੜੀ ਉਹ ਇਹਨਾਂ ਨੇ ਕੀਤੀ ਹੈ ਅਤੇ ਇਹਨਾਂ ਨੂੰ ਅਸੀਂ ਪੁੱਛਣਾ ਚਾਹਵਾਂਗੇ ਕਿ ਤੁਸੀਂ ਆਪਣੀ ਹਯਾਤੀ ਦਾ ਪਿਛੋਕੜ ਸਾਨੂੰ ਦੱਸੋ ਕਿ ਤੁਸੀਂ ਕਿੱਥੇ ਪੜ੍ਹੇ ਕਿੱਥੇ ਤੁਹਾਡਾ ਬਚਪਨ ਜਵਾਨੀ ਗੁਜ਼ਰੀ ਔਰ ਪੰਜਾਬੀ ਸਾਹਿਤ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ ਜੀ ਰਾਜ ਸਾਹਿਬ ਜੀ ਆਇਆਂ ਨੂੰ ਜੀ ਮਿਹਰਬਾਨੀ ਮਲਿਕ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਅਰਜ਼ ਕਰਾਂਗਾ ਕਿ ਮੇਰੀ ਪੈਦਾਇਸ਼ ਅੜੱਪਾ ਦੇ ਨੇੜੇ ਸਾਡਾ ਪਿੰਡ ਜੀ 5 ਯਾਰਾਂ ਵਾਲੇ ਗੱਖਣਾ ਵਾਲਾ ਉਹਨੂੰ ਕਿਹਾ ਜਾਂਦਾ ਕਿਉਂਕਿ ਬੇਸਿਕਲੀ ਮੇਰਾ ਤਲਕ ਵੀ ਗੱਖੜ ਕਬੀਲੇ ਨਾਲ ਕਿਆਨੀ ਜੀ ਨੂੰ ਕਿਹਾ ਜਾਂਦਾ ਜੀ ਇਸ ਤੋਂ ਇਲਾਵਾ ਉੱਥੇ ਹੀ ਮੈਂ ਮੈਟ੍ਰਿਕ ਕੀਤਾ ਆਪਣੇ ਗੌਰਮੈਂਟ ਹਾਈ ਸਕੂਲ 5 ਯਾਰਾਂ ਵਿੱਚੋਂ ਫਿਰ BA ਗੌਰਮੈਂਟ ਕਾਲਜ ਸਾਹਿਵਾਲ ਤੋਂ ਕੀਤਾ ਜੀ ਠੀਕ ਹੈ MA ਪੰਜਾਬੀ ਫਿਰ ਸਰਗੋਧਾ ਯੂਨੀਵਰਸਿਟੀ 'ਚੋਂ ਕੀਤਾ ਜੀ ਅੱਛਾ ਮਾਸ਼ਾ ਅਤੇ MPhil GC ਯੂਨੀਵਰਸਿਟੀ ਲਾਹੌਰ ਤੋਂ ਕੀਤਾ ਜੀ ਪੰਜਾਬੀ 'ਚ ਵਾਹ ਦੇਖੋ ਜਿਹਨਾਂ ਨੇ ਜ਼ਿੰਮੇਦਾਰ ਔਰ ਆਪਣੇ ਬਾਕੀ ਮਾਮਲਿਆਂ ਦੇ ਨਾਲ ਨਾਲ ਪੜ੍ਹਾਈ ਨਹੀਂ ਛੱਡੀ ਔਰ ਮਾਂ ਬੋਲੀ ਨੂੰ ਨਾਲ ਨਾਲ ਰੱਖਿਆ ਜੀ ਇਹ ਬੜੀ ਸਲਾਮਯੋਗ ਗੱਲ ਹੈ ਅਤੇ ਜਿੱਥੇ ਤੱਕ ਤੁਹਾਡਾ ਇਹ ਸਵਾਲ ਸੀ ਜੀ ਕਿ ਪੰਜਾਬੀ ਨਾਲ ਕਿਸ ਤਰ੍ਹਾਂ ਰਗਬਤ ਹੋਈ ਸਾਰਾ ਜੀ ਮੈਂ ਸਮਝਦਾ ਕਿ ਪੰਜਾਬੀ ਨਾਲ ਰਗਬਤ ਕਰਨ ਦੀ ਮੈਨੂੰ ਲੋੜ ਨਹੀਂ ਪਈ ਬਲਕਿ ਮੈਂ ਇੱਕ ਪੰਜਾਬੀ ਘਰ 'ਚ ਪੈਦਾ ਹੋਇਆ ਕਿਉਂਕਿ ਮੈਂ ਪੰਜਾਬ 'ਚ ਰਹਿੰਦਾ ਸਾਂ ਮੇਰੀ ਮਾਂ ਦੀ ਬੋਲੀ ਪੰਜਾਬੀ ਸੀ ਮੇਰੇ ਪਿਓ ਦੀ ਬੋਲੀ ਪੰਜਾਬੀ ਸੀ ਮੇਰੀ ਮਾਂ ਬੋਲੀ ਪੰਜਾਬੀ ਸੀ ਲਿਹਾਜ਼ਾ ਮੈਨੂੰ ਇਹਦੇ ਲਈ ਕਿਸੇ ਵੱਲ ਜਾਣਾ ਜਾਂ ਕਿਸੇ ਕੋਲੋਂ ਇਮੋਸ਼ਨਲ ਹੋਣ ਦੀ ਜਾਂ ਜ਼ਰੂਰਤ ਨਹੀਂ ਪਈ ਜਾਂ ਕਿਸੇ ਕੋਲੋਂ ਮੁਤਾਸਰ ਹੋ ਕੇ ਨਹੀਂ ਹੋਇਆ ਬਲਕਿ ਮੇਰੀ ਆਪਣੀ ਜ਼ਬਾਨ ਮਾਂ ਬੋਲੀ ਪੰਜਾਬੀ ਸੀ ਲਿਹਾਜ਼ਾ ਇਹ ਮੇਰੀ ਜੰਮਦਿਆਂ ਹੀ ਮੇਰੀ ਗੁਰੂਤੀ ਸ਼ਾਮਿਲ ਸੀ ਇਹਦੇ ਨਾਲ ਮੈਨੂੰ ਪਿਆਰ ਸੀ ਔਰ ਇਹਦੇ ਨਾਲ ਫਿਰ ਲੱਗੇ ਰਹੇ ਅਤੇ ਜਿੱਥੋਂ ਤੱਕ ਸ਼ਾਇਰੀ ਦੀ ਗੱਲ ਸੀ ਅਤੇ ਸ਼ਾਇਰੀ ਜਦੋਂ ਵੀ ਕੋਈ ਮਿਸਾਇਲ ਕਿਸੇ ਨੂੰ ਵੇਖਣਾ ਉਹਨੂੰ ਮਹਿਸੂਸ ਕਰਨਾ ਤਾਂ ਉਹਨੂੰ ਕੁਝ ਸ਼ੇਅਰ ਲਿਖਣੇ ਸ਼ੁਰੂ ਕੀਤੇ ਸਕੂਲ ਤੋਂ ਹੀ ਕਹਿ ਲਓ ਤੁਸੀਂ ਲੇਕਿਨ ਖਾਸ ਤੌਰ 'ਤੇ ਗੌਰਮੈਂਟ ਕਾਲਜ ਸਾਹਿਵਾਲ 'ਚ ਜਦੋਂ ਇੱਥੇ ਮੈਂ ਦਾਖਲਾ ਲਿਆ ਜਿੱਥੇ ਬਕਾਇਦਾ ਸ਼ਾਇਰੀ 'ਚ ਕੀਤਾ ਇੱਥੇ ਉਸ ਟਾਈਮ ਰਿਵਾਜ ਹੁੰਦਾ ਸੀ ਕਿ ਇੱਥੇ ਨਾ ਪੰਜਾਬੀ ਮੁਸ਼ਾਇਰੇ ਵੀ ਆਉਣੇ ਆ ਅਤੇ ਉਰਦੂ ਦਾ ਵੀ ਆਉਣਾ ਜਿੱਥੇ ਤਕਰੀਰਾਂ ਗਜ਼ਲ ਦੀ ਸਾਰਾ ਆਉਣਾ ਤੌਰ ਮੈਨੂੰ ਇਹ ਇਜਾਜ਼ ਹਾਸਲ ਹੈ ਕਿ ਮੈਂ ਫਸਟ ਈਅਰ ਦਾਖਲਾ ਲਿਆ ਸੀ ਗੌਰਮੈਂਟ ਕਾਲਜ ਸਾਹਿਵਾਲ 'ਚ ਅਤੇ ਮੈਂ ਬੈਸਟ ਡਿਬੇਟਰ ਦਾ ਇਨਾਮ ਲਿਆ ਸੀ ਉਦੋਂ ਵਾਹ ਵਾਹ ਹਾਲਾਂਕਿ ਸਾਹਿਵਾਲ ਗੌਰਮੈਂਟ ਕਾਲਜ ਬੜਾ ਇੱਕ ਮਸ਼ਹੂਰ ਅੱਛਾ ਉਹ ਡਿਬੇਟ ਦਾ ਮੁਕਾਬਲਾ ਵੀ ਪੰਜਾਬੀ 'ਚ ਸੀ ਨਹੀਂ ਹਾਂ ਪੰਜਾਬੀ ਡਿਬੇਟ 'ਚ ਵੀ ਮੁਕਾਬਲੇ ਹੁੰਦੇ ਸਨ ਸਾਹਿਵਾਲ ਵਿੱਚ ਹਾਂ ਹਾਂ ਜੇ ਉਦੋਂ ਅਕਬਰ ਸ਼ਾਹ ਸਾਹਿਬ ਹੁੰਦੇ ਸਨ ਸਾਡੇ ਉਹਦੇ ਨਾ ਇੰਚਾਰਜ ਹੁੰਦੇ ਸਨ ਹੁਣ ਤਾਂ ਉਹ ਰਿਟਾਇਰ ਹੋ ਗਏ ਨਾ ਲੇਕਿਨ ਉਹਨੂੰ ਬਹੁਤ ਸਾਰੇ ਇਨਾਮਾਤ ਲਏ ਫਿਰ ਖਾਸ ਤੌਰ 'ਤੇ ਸ਼ਾਇਰੀ ਦੀ ਗੱਲ ਕਰੀਏ ਤਾਂ ਪੰਜਾਬੀ ਸ਼ਾਇਰੀ ਵੀ ਉਰਦੂ ਸ਼ਾਇਰੀ ਵੀ ਉਦੋਂ ਮੁਕਾਬਲੇ ਹੁੰਦੇ ਸਨ ਅੱਜ ਕੱਲ੍ਹ ਤਾਂ ਰਿਵਾਜ ਹੁਣ ਨਹੀਂ ਮੇਰਾ ਖਿਆਲ ਹੋ ਰਿਹਾ ਲੇਕਿਨ ਉਦੋਂ ਕਾਫੀ ਇਨਾਮ ਲਏ ਫਿਰ ਮੁਖਤਲਿਫ ਮੌਕਿਆਂ 'ਤੇ ਸ਼ਾਇਰੀ ਇਕੱਠੀ ਹੁੰਦੀ ਰਹੀ ਤਾਂ ਉਹਨੂੰ ਜੋੜ ਕੇ ਫਿਰ ਦੋਸਤਾਂ ਨੇ ਕਿਹਾ ਕਿਉਂਕਿ ਇਹਨੂੰ ਇੱਕ ਛਾਪ ਦਿੱਤਾ ਜਾਏ ਤਾਂ ਉਹ ਅੱਜ ਆਖਾਂ ਅੰਮਾ ਹਵਾ ਦੇ ਨਾਂ ਨਾਲ ਪੰਜਾਬੀ ਸ਼ਾਇਰੀ ਛਾਪੀ ਜੀ ਵਾਹ ਪੰਜਾਬੀ ਅਦਬੀ ਮਰਕਜ਼ ਨੇ ਛਾਪੀ ਹੈ ਜੀ ਪਾਲ ਸਾਹਿਬ ਨੇ ਜੀ ਪਾਲ ਸਾਹਿਬ ਨੇ ਛਾਪੀ ਜੀ ਵਾਹ ਅਤੇ ਪੰਜਾਬੀ ਨਾਲ ਚੁੱਕੇ ਮੇਰਾ ਤਲਕ ਅਸੀਂ ਗੌਰਮੈਂਟ ਕਾਲਜ ਜਦੋਂ ਆਏ ਇੱਥੇ ਫਿਰ ਅਸੀਂ ਪੰਜਾਬੀ ਜ਼ਬਾਨ ਲਈ ਬਾਕਾਇਦਾ ਤਨਜ਼ੀਮੀ ਸ਼ਕਲ 'ਚ ਵੀ ਕੰਮ ਸ਼ੁਰੂ ਕੀਤਾ ਉਹ ਮੁਖਤਲਿਫ ਤਨਜ਼ੀਮਾਂ ਦੇ ਨਾਵਾਂ ਨਾਲ ਪੰਜਾਬ ਲੋਕ ਲਹਿਰ ਦਾ ਮੈਂ ਇਸ ਟਾਈਮ ਮਰਕਜ਼ੀ ਜਨਰਲ ਸੈਕਟਰੀ ਵੀ ਹਾਂ ਅੱਛਾ ਮਾਸ਼ਾ ਅੱਲਾ ਮਾਸ਼ਾ ਜੀ ਅਤੇ ਉਹਦੇ ਲਈ ਅਸੀਂ ਪੰਜਾਬ ਵਿੱਚ ਪੂਰੇ ਯੂਨੀਵਰਸਿਟੀਜ਼ ਦੇ ਜਾਂ ਜਿੰਨੇ ਵੀ ਸ਼ਾਇਰ ਦੋਸਤ ਨੇ ਸਾਰਿਆਂ ਨਾਲ ਕੋਸ਼ਿਸ਼ ਕਰਦੀ ਹੈ ਰਾਬਤੇ ਕਰਨੇ ਔਰ ਬਹੁਤ ਸਾਰੇ ਫੰਕਸ਼ਨਸ ਅਸੀਂ ਆਪ ਕਰਾਏ ਸਾਹਿਵਾਲ ਵਿੱਚ ਵੀ ਕਰਾਏ ਲਾਹੌਰ ਵੀ ਜਿੰਨੀਆਂ ਵੀ ਤਰੀਕਾਂ ਚੱਲੀਆਂ ਬਲਕਿ 21 ਫਰਵਰੀ ਮਾਂ ਬੋਲੀ ਦਿਹਾੜ ਦੇ ਜਿਹੜਾ ਸੀ ਕਿ ਹਰ ਦਰਬਾਰ 'ਤੇ ਜਾ ਕੇ ਕੀਤਾ ਜਾਏ ਉਹ ਮੇਰਾ ਖਿਆਲ ਹੈ ਕਿ ਸ਼ਾਇਦ ਉਹਦੀ ਵੀ ਮੁੱਢ ਅਸੀਂ ਬਣਿਆ ਸੀ ਪੰਜਾਬ ਲੋਕ ਲਹਿਰ ਵੱਲੋਂ ਕਿ ਪਹਿਲੇ ਪਾਕ ਪਤਨ ਦਰਬਾਰ 'ਤੇ ਫਿਰ ਅਸੀਂ ਸਾਰਿਆਂ ਨੂੰ ਕਿਹਾ ਫਿਰ ਲਾਹੌਰ ਬਹੁਤ ਸਾਰੇ ਗਏ ਸੀ ਦੋਸਤਾਂ ਨੂੰ ਸ਼ਾਮਿਲ ਕੀਤਾ ਬਿਲਕੁਲ ਕੋਸ਼ਿਸ਼ ਕਰੀ ਦੀ ਕਿ ਆਪਣੀ ਮਾਂ ਬੋਲੀ ਦਾ ਵਾਧਾ ਹੋਵੇ ਸਾਹਿਵਾਲ ਦਾ ਜ਼ਿਕਰ ਹੋਵੇ ਤਾਂ ਪੰਜਾਬ ਲੋਕ ਲਹਿਰ ਦਾ ਨਾਂ ਹੋਵੇ ਜਾਂ ਕਸਵਰ ਬੱਟ ਉਹਨਾਂ ਦਾ ਨਾਂ ਹੋਵੇ ਤਾਂ ਗੱਲ ਪੂਰੀ ਨਹੀਂ ਹੋਏਗੀ ਅਤੇ ਕਸਵਰ ਬੱਟ ਸਾਹਿਬ ਸਾਡੇ ਜੀ ਤਨਜ਼ੀਮ ਦੇ ਸਦਰ ਨੇ ਮੋਢੀ ਨੇ ਜੀ ਸਾਡੇ ਲਈ ਬੜੇ ਕਾਬਲ ਇੱਜ਼ਤ ਹਨ ਉਹਨਾਂ ਦੀ ਬੜੀ ਖਿਦਮਾਤ ਹਨ ਪੰਜਾਬੀ ਲਈ ਬਿਲਕੁਲ ਸਹੀ ਔਰ ਕਾਫੀ ਅਰਸੇ ਤੋਂ ਕੰਮ ਕਰ ਰਹੇ ਹਨ ਅਸੀਂ ਸਾਰੇ ਦੋਸਤ ਅਸੀਂ ਅੱਜ ਤੱਕ ਪੰਜਾਬ ਲੋਕ ਲਹਿਰ ਨੂੰ NGO ਨਹੀਂ ਬਣਾਇਆ
NGO ना बनाने की साड़ी एक वजह यह कि असी जिन्ना भी काम किया अपनी मदद अपने पलियों खुद किया। मतलब साडा यह है गल कि किसी को डोनेशन भी नहीं ली अज तक, जिन्ना भी पंजाबी लिए काम किया खुद ही दोस्तों ने रल के सारे कर दिए। मैं अपने वेखन सुनने को एक किताब हांदा जावा राजा मोहम्मद जहांगीर कंवर साहब की। इस किताब की एक होर भी खास चेहरी गल है कि इन्होंने जी पंजाबी की मुहब्बत से इन्होंने अगली दसों तक वेपड़ी है। तो यह टाइटल जरा धी राणी ने बनाया है जी अज डाक्टर है, तो उन्होंने भी पंजाबी अदब नाल अपने बाप की शायरी नाल उन्नी तगड़ी सांझ है। अच्छा, असं दरखास्त करा राय साहब को कि अपना कोई कलाम साढ़े सुनने वाले साझा करो इस किताब चो या इस तों बाहरों जिमें बेहतर समझो। इन्हें तो बड़ी मरूफ नजम एक भगत सिंह के हवाले नाल है और एक बाबा जी नानक के हवाले नाल बड़ा सोहना इन्हों का, बाकी जो इन्होंने पसंद है वो सुना जी। क्या जी टाइटल नजम मेरे जी अज आखा अम्मा हो जी जी जरूर जी। ये चूंकि मैं बेसिकली खास तौर पर औरतों ने लिखी जी जी, औरतों की जो मैं मेरे जज्बात या ख्यालात सन मुतलक जी जरूर। अज आखा अम्मा हवा नू आ धी दे दुख फरोल, अज आखा अम्मा हवा नू आ धी दे दुख फरोल, कूड़ियां अणखा दे लई इत्थे बंदे देंदे रोल। वाह वाह, दीन धर्म नू भुल के रस्मां दी इक कर लई वाड़ जी, दीन धर्म नू भुल के रस्मां दी इक कर लई वाड़, अपने विचों जमियां देवन अणख दी सूली चाड़। वाह वाह, तकदीर इन्हां दी रब दी थां मर्दां हथ आई। वाह, तकदीर इन्हां दी रब दी थां मर्दां हथ आई, मजहबां ओले बंदियां अज डाढ़ी अत मचाई। औरत भी आजाद सी जम्मी अपनियां सोचां नाल, औरत भी आजाद सी जम्मी अपनियां सोचां नाल, बंदियां विच बंदियाई हुंदी बुरा ना कर दे हाल। वाह वाह, अम्मा हवा ते आदम दुनिया रल वसाई है, अम्मा हवा ते आदम दुनिया रल वसाई है, इको वर्गा दोवें जाणो कानू वंड पाई है। वेले दी लोड़े कमर रल मिल हाड़ा पाईए, झूठी अणख दी सूली चढ़दी धी अज बचाईए। वाह वाह वाह, झूठी अणख दी सूली चढ़दी धी अज बचाईए। वाह, बहुत सोहना मौजू जी तुसीं छोया। धियां ते बहुत थोड़ी गल होई है साडे साथ विच, लेकिन बड़ा सोहना तुसीं मुकदमा लड़िया तुसीं औरत दा जी। इह कहा जी बाबा गुरु नानक जी महाराज दे नां जी। वाह वाह, वादत सबक पढ़ावण वाला, वादत सबक पढ़ावण वाला, इश्क दी जोत जगावण वाला, इस धरती दा महान तराण उची बाबा तेरी शान। आहा वाह, जात पात नहीं तेरे भाणे, जात पात नहीं तेरे भाणे, सच्ची गल ए कहण सियाणे, सब बराबर ने इंसान उची बाबा तेरी शान। ए बंदियां दी गल करदे ने ना मजहबां ओले लड़दे ने, प्यार मुहब्बत जेदे ज्ञान उची बाबा तेरी शान। कोजियां रस्मां मार मकाईयां सीधी राह ते सोचां पाईयां, जनता वल सी तेरा ध्यान उची बाबा तेरी शान। मेरी बोली तू बधाई, मेरी बोली तू बधाई, फेर पंजाबी शोहरत पाई, बोली उत्ते तेरा एहसान उची बाबा तेरी शान। वाह वाह जी वाह, बहुत खूब जी। जी एक सूफी शायर और मां बोली के सुचे सेवक को बड़ा सोहना अकीदत का नजराना पेश किया। एक ना नौजवानी की कह लो तुसी एक नज़्म जी, क्यों नौजवानों लिए उस टाइम साढ़े जज्बात भी नौजवान नहीं, क्यों नहीं नौजवानों तक पहुँच रही है जी, दोवां पंजाबां च और दुनिया च सुन रहे हैं दोस्त। ख्वाबां दे विच आया ना कर, ख्वाबां दे विच आया ना कर, दिल नूं तूं तड़फाया ना कर। वाह वाह, हिजर दे मारू थल दे अंदर, हिजर दे मारू थल दे अंदर, मैनू रोस दौड़ाया ना कर, भावें मिलिए मुदतां बादों बीते दिन भुलाया ना कर। वाह वाह, दिल दी गल जे दिल विच रखनी सदा कल बुलाया ना कर। वाह, कूड़े रोसे रुस के सजना प्यार च गुंजल पाया ना कर, अपने वेड़े वेख के मैनू नजरा यार चुराया ना कर। आशक जलवे जर ना सकन मुख तो परदा चाया ना कर, सुंदर टोरा टोर के सजना मोरा नू शर्माया ना कर।
अद्धे चन्न ते पर्दा पा के मेरी सिक वधाया ना कर, तैनू रब ने अथी कड़िया, तैनू रब ने अथी कड़िया, गजरे गहने पाया ना कर। वाह 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 वाह, एक नज़म जी जरा एक ना कह लो कि मेरी पसंदीदा नज़म जी, जरूर जरूर, तीन चार शेर जी। बिस्मिल्लाह। हक नहीं मिलता हावा नाल, हक नहीं मिलता हावा नाल, खोलो अपनियां बावा नाल। वाह वाह, बहुत खूब जी, बहुत फेरे पड़ो जी कोरी। वाह। हक नहीं मिलता हावा नाल, खोलो अपनियां बावा नाल, ये दुनिया एक मंडी समझो, इसा चुक परावा नाल। अणख टराया तुपे मेनू रावा सन सब छावा नाल। कूड़ दी बुकल ढेर न तानी, मैं क्यों सच लकावा नाल, सच बोलन तो यार न डरना, होवन लख सजावा नाल, कदे भी नहीं बन सकती अपनी वेले दे खुदावा नाल। वाह वाह वाह, बहुत अच्छे जी, बड़ी सूफी सियानफ ताडे इस कलाम चो, और जिहड़ी विजडम है पंजाबी सूफिया दी के बेलियां दे ऐब नहीं वेखी दे जी, उन्हां दी यराना वेखी दा सारा मैसेज तुसी बड़े सोहने तरीके नाल लभाया। भगत सिंह जी वाली नज़म जिहड़ी जी, मैं भगत सिंह दे नाम जी। वन समन्ने दुनिया उत्ते लखां बंदे आए ने, वन समन्ने दुनिया उत्ते लखां बंदे आए ने, भगत सिंह वर्गे विरले विरले मावा जाए ने। रहिंदी दुनिया तीकर ना ए फिर ओहदा जिंदा रहना, जिन्हें सा भी अपने ओड़क देश दे नावे लाए ने। वाह बहुत अच्छे, वाह। आजादी दा दीवा बाल जिन्हें बनेरे तरिया है, आजादी दा दीवा बाल जिन्हें बनेरे तरिया है, जिस हसन खेडन दी उम्रे औखा रस्ता फड़िया है। वाह वाह। धरती दा लजपाल पुत्र तू मिट्टी नाल पलीत प्रीत तेरी, डरदे सारे गासब तेनू ਤੇਥੋਂ ਜਾਬਰ ਅੱਗੇ ਅੜਿਆ ਏ। ਬੰਦਿਆਂ ਦੀ ਤੂੰ ਗੱਲ ਕੀਤੀ ਹੱਕ ਦੀ ਖਾਤਰ ਲੜਿਆ ਤੂੰ, ਬੰਦਿਆਂ ਦੀ ਤੂੰ ਗੱਲ ਕੀਤੀ ਹੱਕ ਦੀ ਖਾਤਰ ਲੜਿਆ ਤੂੰ, ਮਾਰਨ ਵਾਲੇ ਮਰ ਗਏ ਸਾਰੇ, ਮਰ ਕੇ ਵੀ ਨਹੀਂ ਮਰਿਆ ਤੂੰ। ਵਾਹ ਵਾਹ ਵਾਹ, ਮਾਰਨ ਵਾਲੇ ਮਰ ਗਏ ਸਾਰੇ, ਮਰ ਕੇ ਵੀ ਨਹੀਂ ਮਰਿਆ। ਕਿਆ ਵਾਹ ਵਾਹ ਵਾਹ। ਦੁੱਖ ਜਨਤਾ ਦੇ ਪੱਲੇ ਬਣ ਕੇ ਆਪਣੇ ਸੁੱਖ ਸਭ ਵਾਰ ਦਿੱਤੇ, दुख जनता दे पल्ले बन के अपने सुख सब वार दिते, ऐसे लई ते जालम उथों सूली उते चढ़िया तू। बाकी होर मुख्तलिफ नज़्म जी, बहुत शुक्रिया राय साहब, बड़े सोहने तरीके नाल पंजाब दे रही इनकलाबी हीरो नूं फुल चाढ़ रहे सन अपनी अकीदत और मुहब्बत दे, और असीं ये चाहवांगे कि जिहड़ी पंजाबी दा पैगाम है दुनिया भर च लोग वेख रहे ने, ये नोगे पहुँचाइए। जिवें राय साहब ने कहा कि मेरी जो कि माँ बोली सी, मेरे माँ प्यो जबान बोलते सन, तो लिया कोई हैरानी की गल नहीं कि मैं माँ बोली च लिखना। तो अल्लाह करे कि हर पंजाबी सोचन लग पवे और अपनी माँ बोली से माण करना सीख लवे। बहुत शुक्रिया राय साहब तुहाडा, और इसे दे नाल ही अपने मेजबान आज़म मलक नूं इजाजत दिओ। अल्लाह बेली रब रख।